ਖਾਸ ਤੌਰ ਦੇ ਉੱਪਰ ਇਸ ਨਿਹੰਗ ਸਿੰਘ ਦੇ ਵੱਲੋਂ ਆਪਣਾ ਸਿਰ ਝੁਕਾ ਕੇ ਪ੍ਰੇਮਾਨੰਦ ਮਹਾਰਾਜ ਤੋਂ ਆਸ਼ੀਰਵਾਦ ਲੈਣ ਵਾਲੀ ਗੱਲ ਨੂੰ ਕਿਤੇ ਨਾ ਕਿਤੇ ਬੁਰੇ ਤਰੀਕੇ ਦੇ ਨਾਲ ਵੇਖਿਆ ਜਾ ਰਿਹਾ ਹੈ। ਇਸ ਪੂਰੇ ਦੇ ਪੂਰੇ ਮਾਮਲੇ ਦੇ ਬਾਰੇ ਵਿੱਚ ਗੁਰੂ ਕੇ ਢਾਡੀ ਸੁਖਪ੍ਰੀਤ ਸਿੰਘ ਖਾਲਸਾ ਪਲਾਸੌਰ ਵਾਲਿਆਂ ਦੇ ਵੱਲੋਂ ਆਖਿਰ ਕੀ ਕਿਹਾ ਗਿਆ ਹੈ ਅਤੇ ਕੀ ਕਹਿ ਕੇ ਇਹ ਸਾਰੀ ਦੀ ਸਾਰੀ ਗੱਲਬਾਤ ਦੇ ਬਾਰੇ ਵਿੱਚ ਪਰਦੇ ਦੂਰ ਕਰ ਦਿੱਤੇ ਗਏ ਨੇ ਅਤੇ ਅਸਲੀਅਤ ਨੂੰ ਵਾਕਿਫ ਕਰਵਾਇਆ ਗਿਆ ਹੈ। ਆਓ ਤੁਸੀਂ ਵੀ ਸੁਣੋ। ਜੇ ਕਲਗੀਧਰ ਜੀ ਦਾ ਸੀਸ ਮੱਠ ਨੂੰ ਝੁਕੇ ਤਾਂ ਸੇਵਾ ਮਹਾਰਾਜ ਨੂੰ ਲੱਗਦੀ ਹੈ ਅਤੇ ਮਹਾਰਾਜ ਸੇਵਾ ਪਰਦੇ ਵੀ ਹਨ। ਪਰ ਗਿਆਨੀ ਸ਼ੇਰ ਸਿੰਘ ਪ੍ਰੇਮਾਨੰਦ ਨੂੰ ਮੱਥਾ ਟੇਕਣ ਤੇ ਉਹਨਾਂ ਦੇ ਪੈਰਾਂ 'ਚ ਜਾ ਕੇ ਬੈਠਣ 'ਤੇ ਕੋਈ ਸੇਵਾ ਲੱਗੇਗੀ ਕਿ ਨਹੀਂ? ਵਿਦੇਸ਼ਾਂ ਦੇ ਵਿੱਚ ਸੰਗਤਾਂ ਇਹਨਾਂ ਨੂੰ ਸੋਫਿਆਂ, ਕੁਰਸੀਆਂ ਅਤੇ ਚਾਦਰਾਂ ਵਿਛਾ ਕੇ ਆਦਰ ਸਾਹਿਤ ਬਿਠਾਉਂਦੀਆਂ ਨੇ। ਸੰਗਤ ਆਪ ਪੈਰਾਂ 'ਚ ਬੈਠਦੀ ਹੈ ਅਤੇ ਇਹ ਚੱਲ ਚੱਲ ਉੱਥੇ ਜਾ ਕੇ ਮੱਥੇ ਟੇਕਦੇ ਨੇ ਜਿੱਥੇ ਬਰਾਬਰ ਤੱਕ ਨਹੀਂ ਬਿਠਾਇਆ ਗਿਆ। ਕਦੇ ਸਰਦਾਰ ਬਘੇਲ ਸਿੰਘ ਮਿਸਲ ਕਰੋੜ ਸਿੰਘੀਆਂ ਨੂੰ ਬਾਦਸ਼ਾਹ ਸ਼ਾਹ ਆਲਮ ਨੇ ਸੁਨੇਹਾ ਭੇਜਿਆ ਸੀ ਕਿ ਜਦੋਂ ਦਿੱਲੀ ਦੇ ਗੁਰਦੁਆਰਿਆਂ ਦੀ ਸੇਵਾ ਕਰਕੇ ਜਾਣ ਲੱਗੋਗੇ ਤਾਂ ਮਿਲ ਕੇ ਜਾਇਓ, ਤਾਂ ਸਿੰਘਾਂ ਕਿਹਾ ਸੀ ਕਿ ਨਹੀਂ ਮਿਲ ਸਕਦੇ ਕਿਉਂਕਿ ਬਾਦਸ਼ਾਹ ਦੇ ਬਰਾਬਰ ਕਿਸੇ ਨੂੰ ਬੈਠਣ ਦੀ ਆਗਿਆ ਨਹੀਂ ਤੇ ਨੀਵੇਂ ਅਸੀਂ ਬੈਠਣਾ ਨਹੀਂ ਕਿਸੇ ਬਾਦਸ਼ਾਹ ਤੋਂ। ਬਾਦਸ਼ਾਹ ਨੇ ਸ਼ਰਤ ਮੰਨੀ ਅਤੇ ਮੁਲਾਕਾਤ ਤੈਅ ਹੋਈ। ਖਾਲਸਾ ਹਾਥੀਆਂ ਘੋੜਿਆਂ ਤੇ ਮੁਲਾਕਾਤ ਦੇ ਵਾਸਤੇ ਗਿਆ ਅਤੇ ਬਾਦਸ਼ਾਹ ਦੇ ਬਰਾਬਰ ਕੁਰਸੀ ਲੱਗੀ ਬਾਬਾ ਬਘੇਲ ਸਿੰਘ ਜੀ ਦੀ। ਸੋ ਅਣਮੱਤਿਆਂ ਨੂੰ ਮੱਥਾ ਟੇਕਣ ਦੇ ਉੱਪਰ ਪੈਰਾਂ ਦੇ ਵਿੱਚ ਬੈਠਣਾ ਖਾਲਸਾ ਪੰਥ ਦੇ ਅਸੂਲਾਂ ਦੇ ਵਿੱਚ ਹੀ ਨਹੀਂ, ਦੇਸ਼ਾਂ ਵਿਦੇਸ਼ਾਂ ਦੇ ਬੱਚਿਆਂ ਨੂੰ ਟਕਸਾਲਾਂ ਵਿਰੁੱਧ ਪਾਠ ਪੜ੍ਹਾ ਕੇ ਆਪਣੇ ਆਪ ਨੂੰ ਸ਼੍ਰੋਮਣੀ ਦੱਸਣ ਵਾਲੇ ਉਸ ਦਿਨ ਪ੍ਰੇਮਾਨੰਦ ਜੀ ਨੂੰ ਮੱਥਾ ਟੇਕ ਰਹੇ ਨੇ ਜਿਸ ਦਿਨ ਨੌਵੇਂ ਪਾਤਸ਼ਾਹ ਜੀ ਦੀ ਸ਼ਹੀਦੀ ਨੂੰ ਮੱਥਾ ਟੇਕਣ ਦੇ ਲਈ ਉਹਨਾਂ ਨੂੰ ਸੰਗੋ ਕਿਸੇ ਗੁਰੂ ਘਰ ਜਾਣਾ ਚਾਹੀਦਾ ਸੀ ਜਿਸ ਨੂੰ ਗੁਰੂ ਘਰ ਤੋਂ ਖੈਰ ਨਾ ਪਈ, ਉਹ ਦਰ ਦਰ ਦੀਆਂ ਠੋਕਰਾਂ ਹੀ ਖਾਏਗਾ। ਤਾਂ ਬਾਕੀ ਇਸ ਪੂਰੇ ਦੇ ਪੂਰੇ ਮਾਮਲੇ ਦੇ ਬਾਰੇ ਵਿੱਚ ਤੁਸੀਂ ਕੀ ਕਹਿਣਾ ਚਾਹੋਗੇ? ਕਮੈਂਟ ਸੈਕਸ਼ਨ ਦੇ ਵਿੱਚ ਜਾ ਕੇ ਆਪਣੀ ਰਾਏ ਸਾਂਝੀ ਕਰਨਾ ਬਿਲਕੁਲ ਵੀ ਨਾ ਭੁੱਲਣਾ। ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ।